ਸ੍ਰੀ ਅਕਾਲ ਸਾਰੇ ਕਿਸਾਨ ਸਾਥੀਆਂ ਨੂੰ ਤੁਹਾਡਾ ਸਾਥੀ ਗੁਰਦੀਪ ਸਿੰਘ ਅੰਬੂਜਾ ਸੀਮੈਂਟ ਫਾਊਂਡੇਸ਼ਨ ਤੋਂ ਅਤੇ ਛੋਟੀਆਂ ਛੋਟੀਆਂ ਗਲਤੀਆਂ ਕਰਕੇ ਆਪਾਂ ਇੰਨਾ ਨੁਕਸਾਨ ਕਰ ਬੈਠਦੇ ਹਾਂ ਨੁਕਸਾਨ ਤੁਸੀਂ ਸਪਸ਼ਟ ਨਰਮੇ ਦੇ ਵਿੱਚ ਦੇਖ ਰਹੇ ਹੋ ਉਹ ਕੀ ਕਾਰਨ ਹੋ ਸਕਦਾ ਆਹ ਕੋਈ ਕਿਸਾਨ ਭਰਾ ਕੋਈ ਡਰੰਮ ਲੈ ਕੇ ਗਿਆ ਸੀ ਕਿਸੇ ਦਾ ਅਤੇ ਉਸਨੇ ਪਹਿਲਾਂ ਟੂ ਫੋਲਡ ਕੀਤੀ ਹੋਈ ਸੀ ਅਤੇ ਉਹ ਸਾਫ਼ ਨਹੀਂ ਕੀਤਾ ਅਤੇ ਦੂਜੀ ਵਾਰ ਜਦੋਂ ਹੁਣ ਕੋਟਨ ਦਾ ਸੀਜ਼ਨ ਆਇਆ ਉਦੋਂ ਕਿਸਾਨਾਂ ਨੇ ਕੀ ਕੀਤਾ ਇਨਸੈਕਟੀਸਾਈਡ ਜਿਹੜੇ ਵੀ ਆਪਾਂ ਯੂਜ਼ ਕਰ ਰਹੇ ਹਾਂ ਉਹ ਪਾ ਕੇ ਅਤੇ ਇਸ ਨਰਮੇ ਦੇ ਉੱਤੇ ਸਪਰੇਅ ਕਰ ਦਿੱਤਾ ਕਿਉਂਕਿ ਤੁਹਾਨੂੰ ਪਤਾ ਟੂ ਫੋਲਡੀ ਜਿਹੜਾ ਹੁੰਦਾ ਉਹ ਬਹੁਤ ਤੇਜ਼ ਰਸਾਇਣ ਹੈ ਹਾਨੀਕਾਰਕ ਰਸਾਇਣ ਨਰਮੇ ਦੇ ਵਾਸਤੇ ਕਿਉਂਕਿ ਵੱਡਾ ਜਿਹਦਾ ਪੱਤਾ ਹੋਊਗਾ ਪਲਾਂਟ ਦਾ ਉਹਦੇ 'ਤੇ ਡਿੱਗਦੇ ਸਾਰੀ ਹੀ ਨਰਮੇ ਨੂੰ ਖਰਾਬ ਕਰ ਦਿੰਦਾ ਟੀਵੀ ਅਤੇ ਇਹ ਤੁਸੀਂ ਕੰਡੀਸ਼ਨ ਜਿਹੜੀ ਖਰਾਬ ਹੋਈ ਹੋਈ ਦੇਖ ਸਕਦੇ ਹੋ ਨਰਮੇ ਦੇ ਉੱਤੇ ਪੈਣ ਸਾਰ ਹੀ ਨਰਮੇ ਦੇ ਸਰਵਾਵ ਲਿਆ ਸਵਾਈਰ 'ਚ ਆ ਗਿਆ ਨਰਮਾ ਅਤੇ ਪੋਸ਼ਕ ਤੱਤਵਾਂ ਦੀ ਭਰਮਾਰ ਵੀ ਇਹਨੂੰ ਚਾਹੀਦੀ ਹੈ ਬਹੁਤ ਜ਼ਿਆਦਾ ਪੋਸ਼ਕ ਤੱਤਵ ਡਾਊਨ ਹੋਏ ਕਿਉਂਕਿ ਬਾਰਿਸ਼ਾਂ ਕਾਰਨ ਵੀ ਪੋਸ਼ਕ ਤੱਤਵ ਡਾਊਨ ਹੋ ਗਏ ਕਿਉਂਕਿ ਲੀਚ ਹੋ ਗਏ ਤੱਤਵ ਪਾਣੀ ਜ਼ਿਆਦਾ ਖੜਨ ਕਰਕੇ ਹੁਣ ਨਰਮਾ ਪਾਣੀ ਵੀ ਮੰਗ ਰਿਹਾ ਅਤੇ ਬਾਰਿਸ਼ ਦੀ ਵੀ ਸੰਭਾਵਨਾ ਕਿਉਂਕਿ ਹੁਣ ਬਹੁਤ ਜ਼ਿਆਦਾ ਫਸਲਾਂ ਦੇ ਉੱਤੇ ਪ੍ਰਕੋਪ ਚੱਲ ਰਿਹਾ ਜਾਨਵਰਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਮਹਾਂਮਾਰੀ ਹੋਈ ਹੈ ਤੁਸੀਂ ਇਹਨਾਂ ਦਾ ਗੌਰ ਕਰਕੇ ਸਹੀ ਟ੍ਰੀਟਮੈਂਟ ਮੈਨੇਜਮੈਂਟ ਕਰਨਾ ਚਾਹੀਦਾ ਹੁਣ ਇਸ ਤਰੀਕੇ ਦੇ ਨਰਮਾ ਕਿਸੇ ਕਿਸਾਨ ਭਰਾ ਦੇ ਹੋ ਜੇ ਤਾਂ ਮੇਨ ਜਿਹੜਾ ਜ਼ਿਆਦਾ ਜਿਹੜਾ ਕੰਮ ਕਰੂਗਾ ਉਹ ਟੂਸਾ ਤੋੜਿਆ ਹੋਇਆ ਹੀ ਜਿਹੜਾ ਕੰਮ ਕਰੂਗਾ ਬਾਕੀ ਕਲੀ ਵਗੈਰਾ ਦਾ ਵੀ ਯੂਜ ਕਰਦੇ ਹੋ ਉਹ ਵੀ ਤੁਸੀਂ ਯੂਜ ਕਰ ਸਕਦੇ ਹੋ ਉਹਦੇ ਨਾਲ ਫਾਇਦਾ ਹੋ ਸਕਦਾ ਜ਼ਿਆਦਾ ਇਹਦਾ ਜੇ ਟੂਸਾ ਤੋੜੋਗੇ ਫਿਰ ਹੀ ਫਾਇਦਾ ਹੋਊਗਾ ਬਾਕੀ ਦਲਾਲ ਘੋਲ ਦੀਆਂ ਸਪਰੇਆਂ ਕਰੋ ਖੁਰਾਕਾਂ ਦਿਓ ਨਰਮੇ ਨੂੰ ਕਿਉਂਕਿ ਇਹਦੇ ਵਿੱਚ ਕੋਈ ਵੀ ਜ਼ਿਆਦਾ ਹੁਣ ਜੈਸਿਡ ਐਫਿਡ ਕੋਈ ਵੀ ਇਹਦੇ ਵਿੱਚ ਹੈ ਨਹੀਂ ਸਾਰਾ ਸਾਫ਼ ਹੈ ਅਤੇ ਕਿਉਂਕਿ ਟੋਕਨ ਜਿਹੜੀ ਦਵਾਈ ਕੀਤੀ ਸੀ ਇਹਨਾਂ ਨੇ ਉਹਦੇ ਨਾਲ ਸਾਫ਼ ਹੋ ਗਿਆ ਹੁਣ ਤੁਹਾਨੂੰ ਦੱਸਦਾ ਇਹਦੇ ਵਿੱਚ ਇਹੋ ਜਿਹੀ ਕੰਡੀਸ਼ਨ ਕਿਸੇ ਭਰਾ ਦੇ ਆ ਜੇ ਤਾਂ ਨਰਮੇ ਜਿਹੜੇ ਟੂਸੇ ਉਹ ਤੋੜ ਦੇਣੇ ਚਾਹੀਦੇ ਉੱਤੋਂ ਜਾਂ ਕਲੀ ਵਗੈਰਾ ਦਾ ਚੂਨੇ ਵਗੈਰਾ ਦਾ ਯੂਜ ਕਰਨਾ ਚਾਹੀਦਾ ਆਪਾਂ ਨੂੰ ਜਿਵੇਂ ਵੀ ਕੋਈ ਨਵੀਂ ਸਾਡੇ ਕੋਲ ਆਊਗੀ ਅਪਡੇਟ ਤੁਹਾਨੂੰ ਦੱਸਦੇ ਰਹਾਂਗੇ ਇਸ ਨਰਮੇ ਦੀ ਤੁਹਾਨੂੰ ਦਿਖਾਉਂਦੇ ਰਹਾਂਗੇ ਠੀਕ ਹੈ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ